ਸਤਿ ਸ਼੍ਰੀ ਅਕਾਲ ਜੀ। ਵੀਰਾਂ ਨੇ ਅੱਜ ਕੋਈ ਲਿਖਿਆ ਸਪੈਸ਼ਲ ਦੁਬਈ ਵਾਲਿਆਂ ਵਾਸਤੇ। ਹਾਂਜੀ ਵੀਰ ਜੀ, ਪੇਸ਼ ਕਰੋ। ਉਹ ਪਲੱਸ ਟੂ ਕਰ ਮੁੰਡਾ ਬਾਹਰ ਕੱਲ ਤਾਂ, ਬਾਪੂ ਕਹਿੰਦਾ ਇੱਥੇ ਖਰਚਾ ਨਹੀਂ ਚੱਲਦਾ। ਉਹ ਲੈਂਡ ਕੀਤਾ ਬਾਹਰਲੇ ਮੁਲਕ ਜਾ ਕੇ, ਉਹ ਕੰਮ ਦੇ ਤਾਂ ਦੇਖੀ ਮੁੰਡਾ ਵੱਟ ਕੱਢਦਾ। ਉਹ ਦਿਨ ਸੌਖੇ ਹੋ ਗਏ ਨੇ ਬਾਪੂ ਜੀ, ਉਹ ਦਿਨ ਸੌਖੇ ਹੋ ਗਏ ਨੇ ਬਾਪੂ ਜੀ। ਮੈਂ ਪਿੰਡ ਵੀ ਸੁਨੇਹਾ ਘੱਲਤਾ, ਉਹ ਦੁਬਈ ਵਿੱਚ ਸਿੱਕਾ ਸਾਡਾ ਇੰਜ ਚੱਲਦਾ, ਇੰਡੀਆ ਚ ਚੱਲੇ ਜਿਵੇਂ ਸੱਲੂ ਭਾਈ ਦਾ। ਉਹ ਦੁਬਈ ਵਿੱਚ ਸਿੱਕਾ ਸਾਡਾ ਇੰਜ ਚੱਲਦਾ, ਇੰਡੀਆ ਚ ਚੱਲੇ ਜਿਵੇਂ ਬੱਬੂ ਮਾਨ ਦਾ। ਉਹ ਸੜਕਾਂ ਤੇ ਦੇਖਣੀ ਟਰਾਲਾ ਭੱਜਦਾ, ਪਤਾ ਵੀ ਨਾ ਲੱਗੇ ਕਦੋਂ ਦਿਨ ਚੜਦਾ। 12-12 ਘੰਟੇ ਸ਼ਿਫਟਾਂ ਨੇ ਕਰਦੇ, ਜੋੜ ਜੋੜ ਪੈਸੇ ਇੰਡੀਆ ਚ ਘੱਲਦਾ। ਇੱਥੇ ਗਰਮੀ ਨਾ ਮੱਤ ਸਾਡੀ ਵੱਜਦੀ, ਇੱਥੇ ਗਰਮੀ ਨਾ ਮੱਤ ਸਾਡੀ ਵੱਜਦੀ, ਪਰ ਬੁਰਾ ਨੀ ਮਨਾਈ ਦਾ। ਦੁਬਈ ਵਿੱਚ ਸਿੱਕਾ ਸਾਡਾ ਇੰਜ ਚੱਲਦਾ, ਇੰਡੀਆ ਚ ਚੱਲੇ ਜਿਵੇਂ ਸੱਲੂ ਭਾਈ ਦਾ। ਦੁਬਈ ਵਿੱਚ ਸਿੱਕਾ ਸਾਡਾ ਇੰਜ ਚੱਲਦਾ, ਇੰਡੀਆ ਚ ਚੱਲੇ ਜਿਵੇਂ ਬੱਬੂ ਮਾਨ ਦਾ। ਉਹ ਜੁੰਮੇ ਦੀ ਉਹ ਰਾਤ ਜਦੋਂ ਯਾਰ ਬੇਲੀ ਸਾਰੇ ਇਕੱਠੇ ਹੋ ਕੇ ਮੂਡ ਜਾ ਬਣਾ ਲੈਂਦੇ ਆ, ਓਏ ਉਂਜ ਨਹੀਂ ਉਹ ਆਦੀ ਅਸੀਂ ਡੇਲੀ ਪੀਣ ਦੇ, 3-4 ਬੋਤਲਾਂ ਮੰਗਾ ਲੈਂਦੇ ਆ। ਹੋ ਯੂਕੇ ਅਮਰੀਕਾ ਤੇ ਕੀਟਲੀ, ਹੋ ਯੂਕੇ ਅਮਰੀਕਾ ਤੇ ਕੀਟਲੀ, ਜੀ ਸਾਰੇ ਕੱਲੇ ਨੂੰ ਫੋਨ ਲਾਈਦਾ। ਦੁਬਈ ਵਿੱਚ ਸਿੱਕਾ ਸਾਡਾ ਇੰਜ ਚੱਲਦਾ, ਇੰਡੀਆ ਚ ਚੱਲੇ ਜਿਵੇਂ ਸੱਲੂ ਭਾਈ ਦਾ। ਦੁਬਈ ਵਿੱਚ ਸਿੱਕਾ ਸਾਡਾ ਇੰਜ ਚੱਲਦਾ, ਇੰਡੀਆ ਚ ਚੱਲੇ ਜਿਵੇਂ ਬੱਬੂ ਮਾਨ ਦਾ। ਥੈਂਕ ਯੂ ਜੀ।